ਹੈਲੋ ਗਾਇਸ, ਵੈਲਕਮ ਬੈਕ ਮਾਈ ਯੂਟਿਊਬ ਚੈਨਲ। ਕਿਵੇਂ ਹੋ ਸਾਰੇ? ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਲਓ ਜੀ ਬਾਬੇ, ਉਹ ਤੁਸੀਂ ਆਹ ਦੇਖ ਕੇ ਤਾਂ ਸਮਝ ਗਏ ਹੁਣ ਕਿੱਥੇ ਨੂੰ ਚੱਲੇ ਆ। ਆਹ ਬੰਦੇ ਦੇਖੋ, ਰੈੱਡ ਬੁੱਲ ਆ। ਅਤੇ ਲਓ ਜੀ, ਆਪਾਂ ਚੱਲੇ ਹਾਂ ਸ਼ਿਮਲੇ ਨੂੰ। ਅਤੇ ਸ਼ਿਮਲੇ ਦਾ ਇੱਧਰ ਰੂਟ ਫੜਿਆ ਆ ਅਤੇ ਜਾਂਦੇ ਪਏ ਹਾਂ। ਅਤੇ ਇੱਧਰ ਤੁਹਾਨੂੰ ਨਹੀਂ ਰੈਸਟ ਕੀਤੀ ਆ ਮਾੜਾ ਜੀ, ਅਤੇ ਹਿੱਲਾਂ ਹੁੱਲਾਂ ਲੱਗੇ ਹੋਆ ਪੀਣ। ਦੱਸੋ ਕੁਛ ਕਿਵੇਂ ਹੋ ਕੇ ਜਾਉਣਾ। ਬਹੁਤ ਯਾਰ, ਤੇਰਾ ਤਾਂ ਰੰਗ ਬਹੁਤ ਸਾਫ਼ ਆਉਂਦਾ ਇਹਦੇ ਵਿੱਚ। ਅਤੇ ਲੈਣ ਪੂਰਾ ਰੰਗ ਸਾਫ਼ ਆਉਂਦਾ। ਅਤੇ ਚੱਲੇ ਹਾਂ ਸ਼ਿਮਲੇ ਨੂੰ, ਦਿਖਾਉਂਦੇ ਹਾਂ ਤੁਹਾਨੂੰ ਉੱਥੇ ਜਾ ਕੇ ਕੀ ਬਣਦਾ ਕੀ ਨਹੀਂ। ਅਤੇ ਚੱਲਦੇ ਹਾਂ, ਦੇਖਦੇ ਹਾਂ ਆਪਾਂ। ਲਓ ਜੀ, ਸਵੇਰ ਦੇ ਜਾਣ ਕੇ 4 ਵਜੇ ਦੇ ਤੁਰੇ ਹੋ ਆ। ਅਤੇ ਹੁਣ ਤੁਹਾਨੂੰ ਕਿੱਥੇ ਪਹੁੰਚੇ ਹੋ? ਨਾਲਾਗੜ੍ਹ ਬੱਦੀ ਪੰਜੋਲ ਪੰਜੌਰ ਪੰਜੌਰ ਹਾਂ ਪੁੱਜੇ। ਅਤੇ ਹੁਣ ਰੈਟ ਕਰਦੇ ਹਾਂ ਅਤੇ ਦੇਖਦੇ ਹਾਂ ਕਿੰਨੇ ਕੁ ਵਜੇ ਪੁੱਜ ਜਾਵਾਂਗੇ ਆਪਾਂ। ਕਿੰਨੇ ਕੁ ਵਜੇ? 10 ਵਜੇ ਪੁੱਜ ਕੇ ਅਤੇ ਦੇਖਦੇ ਹਾਂ ਕਰਦੇ ਹਾਂ। ਮੀਂਹ ਬਹੁਤ ਰਾਸਤੇ 'ਚ ਪੈਂਦਾ ਸੀਗਾ ਅਤੇ ਮੀਂਹ ਨੇ ਬਹੁਤ ਕੰਮ ਖਰਾਬ ਕੀਤਾ ਸੀ। ਇੱਧਰ ਵੀ ਸਾਰਾ ਲਿਬੜਿਓ ਪਿਆ, ਬੂਟ ਵਾੜਾ ਦੇਖੋ ਸਾਰੇ ਲਿਬੜਿਓ ਇੱਧਰ। ਅਤੇ ਲਿਫਾਫੇ ਚਾੜੇ ਅਸੀਂ ਬੂਟਾਂ 'ਤੇ, ਦੇਸੀ ਜਗਾੜ ਅਸੀਂ ਆਪਣਾ ਕੀਤਾ ਆ ਸੀਗਾ। ਅਤੇ ਚਲੋ ਚੱਲਦੇ ਹਾਂ, ਫਿਰ ਮਿਲਦੇ ਹਾਂ। ਗਈ ਉਹ ਭੁੱਖ, ਅਤੇ ਚਲੋ ਸਾਨੂੰ ਵੀ ਲੱਗੀ ਉਹ ਆ। ਅਤੇ ਸੋਨੂੰ ਚੱਲ ਗਿਆ ਅੰਦਰ, ਪੁੱਛਣ ਗਿਆ ਪਰੌਂਠੇ ਪਰੌਂਠਿਆਂ ਦਾ, ਦੇਣ ਗਿਆ ਔਡਰ। ਅਤੇ ਖਾਂਦੇ ਹਾਂ ਅਤੇ ਰੈਸਟ ਰੁਸਟ ਕਰਦੇ ਹਾਂ, ਫਿਰ ਚੱਲਦੇ ਹਾਂ। 1.5 ਘੰਟੇ ਦਾ ਸਫ਼ਰ ਹਜੇ ਬਾਕੀ ਆ ਅਤੇ ਮਿਲਦੇ ਹਾਂ ਪਰੌਂਠੇ ਖਾ ਕੇ। ਲਓ ਜੀ, ਬਹੁਤ ਸੋਹਣਾ ਵਿਊ ਸਵੇਰ ਦਾ, ਜਾਣ ਕੇ ਗੱਲਬਾਤ ਐਂਡ ਹੀ ਆ, ਜਾਣ ਕੇ ਬਹੁਤ ਵਧੀਆ। ਸੋਨੂੰ ਨਹੀਂ ਬੜੇ ਉਹ ਬਾਥਰੂਮ 'ਚ ਕੰਮ ਔਖਾ ਹੋਇਆ ਸੋਨੂੰ ਉਹਨਾਂ ਦਾ। ਲਓ ਜੀ, ਸੋਨੂੰ ਨੇ ਪਰੌਂਠਿਆਂ ਦਾ ਔਡਰ ਦਿੱਤਾ ਸੀ, ਪਰੌਂਠੇ ਇੱਧਰ ਆ ਗਏ ਆ ਅਤੇ ਸੋਨੂੰ ਆਪ ਅੰਦਰ ਬੜੇ ਆਇਆ ਲੈਟਰਿੰਗ 'ਚ। ਸੋਨੂੰ ਆ ਜਾ ਫਟਾਫਟ, ਪਰੌਂਠੇ ਰੈ। ਲਓ ਜੀ, ਇੱਧਰ ਆ ਗਏ ਆ ਪਰੌਂਠੇ। ਮਹਾਂ ਜਾਣਾ ਸੋਨੂੰ ਹੁਣ ਰਲਾ ਲਿਆ ਕਿ ਘੇ ਘੂ ਇਹਨੂੰ ਸਿੱਟ ਲਿਆ ਆ। ਜੀਤੂ ਵਾਲਾ ਘੇ ਕੱਢ ਲਾ, ਜੀਤੂ ਨੂੰ ਰਹਿਣ ਦੇਵਾਂਗੇ। ਜੀਤੂ ਨੇ ਵੀ ਮੰਗਾਇਆ, ਜੀਤੂ ਹੁਣ ਸ਼ਿਮਲੇ ਨੂੰ ਦੇ ਲਓ, ਇੱਥੋਂ ਪੰਜਾਬ ਤੋਂ ਘੇ ਜਾਂਦਾ ਆ। ਅਤੇ ਚਲੋ ਖਾਂਦੇ ਹਾਂ, ਮਿਲਦੇ ਹਾਂ ਫਿਰ ਤੁਹਾਨੂੰ ਬਾਅਦ 'ਚ। ਲਓ ਜੀ, ਪਰੌਂਠੇ ਖਾ ਲਏ ਆ ਅਤੇ ਚੱਲੇ ਹਾਂ ਹੁਣ। ਕਿੱਦਾਂ, ਕੀ ਕਹਿੰਦਾ? ਰੇਲ ਗੱਡੀ ਆ ਗਈ ਤੁਹਾਨੂੰ ਕਹਿੰਦਾ, ਕਿੱਥੇ ਆ? ਉੱਪਰ ਦਿਸੂਗੀ। ਚਲੋ ਚੱਲਦੇ ਹਾਂ, ਮਿਲਦੇ ਹਾਂ ਫਿਰ ਗਾਂਹ ਜਾ ਕੇ ਅਤੇ ਕਰਦੇ ਹਾਂ ਮੋਟਰ ਦਾ ਸਟਾਰਟ। ਲਓ ਵੇ ਬਾਬਿਓ, 16 ਟੱਪ ਗਏ ਹਾਂ। ਅਤੇ ਕਿੰਨਾ ਕੁ ਟਾਈਮ ਰਹਿ ਗਿਆ ਤੁਹਾਨੂੰ ਹੋਰ ਲੱਗੂ? 1 ਘੰਟਾ ਕੁ ਹੋਰ ਲੱਗਣਾ, ਬਸ ਪਹੁੰਚ ਜਾਣਾ ਫੇਰ ਤੁਹਾਨੂੰ ਹੁਣੀ ਹਾਜ਼ਰ ਹੋਊਗੇ। ਅਤੇ ਵਿਊ ਚੈੱਕ ਕਰੋ ਤੁਸੀਂ ਪਹਿਲਾਂ, ਅਤੇ ਠੰਡ ਐਨ। ਮੈਂ ਤਾਂ ਆਇਆ ਸੀਗਾ, ਮੈਂ ਕਿਹਾ ਠੰਡ ਹੋਣੀ ਨਹੀਂ ਬਹੁਤੀ, ਠੀਕ ਹੋਣੀ ਆ, ਅਤੇ ਠੰਡ ਬਹੁਤ ਹੈ ਇੱਧਰ। ਤੁਹਾਨੂੰ ਉੱਦਾਂ ਵੇਲੇ ਵੀ ਕੋਟੀ ਲੈ ਆਇਆ ਸੀਗਾ। ਅਤੇ ਬਾਕੀ ਵਿਊ ਤਾਂ ਗੱਲਬਾਤ ਐਂਡੇ ਹੋਈ ਹੋ ਪਈ ਆ, ਚੈੱਕ ਕਰੋ। ਵਲੌਗ ਪੂਰਾ ਦੇਖਿਓ, ਇੰਟਰਸਟਿੰਗ ਵਲੌਗ ਹੋਣੇ ਵਾਲਾ, ਪੂਰਾ ਐਂਡ ਹੋਣੇ ਵਾਲਾ ਕੰਮ। ਅਤੇ ਇੱਧਰ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸਾਰੇ ਪਾਸੇ, ਅਤੇ ਮੀਂਹ ਕਾਰਨ ਜਾਣ ਕੇ ਸੜਕਾਂ ਵੀ ਬਹੁਤ ਜਾਣ ਕੇ ਦੂਜੀਆਂ ਟੁੱਟੀਆਂ ਪਈਆਂ ਅਤੇ ਚਿੱਕੜ ਵਾ। ਕਿੱਦਾਂ ਕੰਮ ਦੇਖ ਲਈਏ ਲੇਬਰ? ਆਹੋ, ਤੁਹਾਨੂੰ ਇੱਧਰ ਕੰਮ ਦੇਖਣ ਆਇਆ, ਬੰਦੇ ਲਾਏ ਉਹ ਆਪਣੇ ਲੇਬਰ ਦੇ, ਅਤੇ ਉਹ ਦੇਖਣ ਆਇਆ ਸੀਗਾ ਇੱਧਰ, ਹੁਣ ਮੁੜ ਜਾਣਾ ਤੁਹਾਨੂੰ ਨੇ। ਇਹ ਨਹੀਂ ਪਤਾ ਤੁਹਾਨੂੰ ਕੀ ਕਰਨ ਆਇਆ ਇੱਥੇ। ਚਲੋ ਮਿਲਦੇ ਹਾਂ, ਚੱਲਦੇ ਹਾਂ ਫਿਰ। ਇੱਧਰ ਮੰਨਦਾ ਸੋਨੂੰ ਕਿਤੇ ਬੰਨ ਕੇ ਬੈਠਾ ਆ, ਪੂਰੇ ਪਰਨੇ ਪੂਰਨੇ ਹੈਲਮਟ ਲਿਓ, ਠੰਡ ਪੂਰੀ ਆ ਫੁੱਲ ਐਨ। ਲਓ ਜੀ, ਨਿਆਣੇ ਪੜ੍ਹ ਜਾਣ ਨੂੰ ਖੜ੍ਹੇ ਆ, ਠੰਡ ਪੂਰੀ ਫੁੱਲ ਐਨ। ਇੱਥੇ ਪਹੁੰਚਣਾ ਸੀ, ਆਪਣੀ ਲੋਕੇਸ਼ਨ 'ਤੇ ਪਹੁੰਚ ਗਏ ਹਾਂ। ਅਤੇ ਕਰੋ ਚੈੱਕ ਵਿਊ, ਕਰੋ ਚੈੱਕ ਤੁਸੀਂ, ਕਰੋ ਚੈੱਕ ਵਿਊ, ਘੈਂਟ ਵਾਲਾ ਵਿਊ ਆਉਂਦਾ, ਘੈਂਟ ਵਾਲਾ। ਅਤੇ ਇਸ ਪੰਗੇ ਦੇਖੋ, ਪੰਗੇ ਚੱਲਦੇ ਪਏ, ਨਜ਼ਾਰੇ ਆ ਪੂਰੇ ਇਹਦੇ ਵੀ ਦੇਖੋ ਤਾਂ, ਲੈ ਤਾਂ ਫੁੱਲ ਇੰਜੋਏ ਕਰਦਾ ਵੀ।
ਤੇ ਨਜ਼ਾਰੇ ਆ ਪੂਰੇ ਘੈਂਟ ਗੱਲਬਾਤ ਐਨ ਸੋਨੂੰ ਹੁਣੀ ਤਿਆਰ ਹੋ ਗਏ ਆ ਤੇ ਚਲੋ ਚੱਲਦੇ ਹਾਂ ਲਓ ਵੀ ਬਾਬੇ ਉੱਧਰ ਕੰਮ ਹੋ ਗਿਆ ਸੋਨੂੰ ਹੁਣਾਂ ਦਾ ਤੇ ਨਾਲ ਇੱਧਰ ਜੀਤੂ ਹੁਣੀ ਵੀ ਆ ਗਏ ਆ ਇਹ ਜੀਤੂ ਹੁਣੀ ਵੀ ਵਿੱਚ ਸ਼ਾਮਿਲ ਹੋਏ ਆ ਜੀਤੂ ਹੋਰ ਕਿੱਦਾਂ ਸਿਹਤਾਂ ਤੇਰੀਆਂ ਬਸ ਠੀਕ ਠਾਕ ਹਾਂ ਕੰਮ ਕਾਰ ਵਧੀਆ ਚੱਲਦਾ ਘਰ ਵਧੀਆ ਜੀਤੂ ਜੀਤੂ ਪੱਕਾ ਹੀ ਸ਼ਿਮਲੇ ਵਾਲਾ ਹੋ ਗਿਆ ਪੱਕਾ ਹੋਰ ਪੱਕਾ ਸ਼ਿਮਲੇ ਵਾਲਾ ਹੋ ਗਿਆ ਹੁਣ ਹੋਰ ਹੋਰ ਜੀਤੂ ਦਾ ਹੁਣ ਆਧਾਰ ਕਾਰਡ ਧੂਰ ਕਾਰਡ ਸਭ ਇੱਧਰ ਲਈ ਆ ਜੀਤੂ ਹੁਣ ਪੱਕਾ ਸ਼ਿਮਲੇ ਵਾਲਾ ਆ ਨਾ ਨਾ ਪੰਜਾਬ ਦਾ ਨਹੀਂ ਹੁਣ ਜੀਤੂ ਨੇ ਇੱਧਰ ਹੀ ਫਲੈਟ ਫਲੂਟ ਜਿਹਾ ਲਿਆ ਆ ਹੋਰ ਹੋਰ ਚਲੋ ਮਿਲਦੇ ਹਾਂ ਉਹ ਉੱਥੇ ਖੜਾ ਲਿਆ ਮੋਟਰਸਾਈਕਲ ਵੀ ਭੁੱਲ ਗਿਆ ਹੁਣ ਚਲੋ ਆ ਗਿਆ ਮੈਂ ਲਓ ਜੀ ਆ ਗਏ ਹਾਂ ਸ਼ਿਮਲਾ ਸ਼ਿਮਲਾ ਮਾਰਕੀਟ ਲੱਗੇ ਹਾਂ ਘੁੰਮਣ ਅਤੇ ਜੀਤੂ ਹੁਣੀ ਸੋਨੂੰ ਹੁਣੀ ਹੋ ਗਏ ਆ ਤਿਆਰ ਅਤੇ ਮੀਂਹ ਦਾ ਪੂਰਾ ਪੂਰਾ ਮਾਹੌਲ ਬਣਿਆ ਆ ਅਤੇ ਆਹ ਹੈਗਾ ਸ਼ਿਮਲੇ ਦਾ ਗੁਰਦੁਆਰਾ ਸਾਹਿਬ ਜੀ ਸ਼ਿਮਲੇ ਦਾ ਗੁਰਦੁਆਰਾ ਸਾਹਿਬ ਜੀਤੂ ਕੋਈ ਪ੍ਰੋਗਰਾਮ ਕਿਆ ਕਿਆ ਆ ਗੜੀਆਂ ਹੀ ਲਾਈਆਂ ਵਾ ਕੋਈ ਪ੍ਰੋਗਰਾਮ ਲਓ ਜੀ ਆਹ ਹੈਗੀ ਸ਼ਿਮਲੇ ਦੀ ਮੇਨ ਮਾਰਕੀਟ ਆ ਅਤੇ ਕਰੋ ਚੈੱਕ ਸ਼ਿਮਲੇ ਦੀ ਮੇਨ ਮਾਰਕੀਟ ਕਰ ਲਓ ਚੈੱਕ ਮਾਰਕੀਟ ਸ਼ਿਮਲੇ ਦੀ ਇੱਧਰ ਨੂੰ ਵੀ ਚਲ ਜਾਓ ਮਾਰਕੀਟ ਮਾਰਕੀਟ ਹੈਗੀ ਆ ਚਾਈਨੀਸ ਨੇਪਾਲੀ ਲਓ ਜੀ ਇੱਧਰ ਸੋਨੂੰ ਹੁਣਾਂ ਦੀ ਬੱਸ ਹੋਈ ਹੋਈ ਹੈ ਚੰਗੀ ਤਰ੍ਹਾਂ ਅਤੇ ਮਾਲ ਰੋਡ ਨੂੰ ਜਾਂਦੇ ਪਏ ਉੱਪਰ ਮਾਰਕੀਟ ਦੇਖ ਸਕਦੇ ਹਾਂ ਤੁਸੀਂ ਅਤੇ ਸੋਨੂੰ ਹੁਣਾਂ ਦੀ ਐਨ ਬੱਸ ਵਾ ਲਓ ਜੀ ਆ ਗਏ ਹਾਂ ਮਾਲ ਰੋਡ ਅਤੇ ਸੋਨੂੰ ਦਾ ਰੇਟ ਨਹੀਂ ਬਣਿਆ ਸੋਨੂੰ ਨੂੰ ਸੋਨੂੰ ਕਿੰਨੇ ਦੀ ਸੀਗੀ ਉਹ ਜੀ ਤੂੰ ਸਾਢੇ 600 ਸੀ ਸੋਨੂੰ ਕਹਿੰਦਾ ਨਾ 100 ਕੁ 150 ਵਾਲੀ ਦਿਖਾਓ ਕੋਈ ਬਾਹਰੇ ਪੁੱਛ ਆਪ ਤਾਂ ਗਿਆ ਨਹੀਂ ਅੰਦਰ ਬਾਹਰੋਂ ਸਾਨੂੰ ਗਿਆ ਪੁੱਛਣ ਨੂੰ ਅਤੇ ਚੱਲਦੇ ਹਾਂ ਉੱਪਰ ਨੂੰ ਲਓ ਜੀ ਬਾਬੇ ਉਹ ਵੜਦੇ ਸਾਰੇ ਜੀ ਤੂੰ ਪਹਿਲਾਂ ਪਾਰਕ 'ਚ ਲਿਆ ਕਹਿੰਦਾ ਪਾਰਕ 'ਚ ਚੱਲਦੇ ਹਾਂ ਜੀ ਐਤਵਾਰ ਨੂੰ ਰਸ਼ ਹੁੰਦਾ ਹੁਣ ਜੀ ਤੂੰ ਕੀ ਕਰੀਏ ਹੁਣ ਸਾਤੋਂ ਐਤਵਾਰ ਨੂੰ ਸਾਡਾ ਇਨ ਟਾਈਮ ਹੁੰਦਾ ਅਤੇ ਬਾਕੀ ਚਲੋ ਪਹਿਲਾਂ ਤੁਸੀਂ ਆਹ ਚੈੱਕ ਕਰੋ ਉੱਪਰੋਂ ਮਾਹੌਲ ਲਓ ਜੀ ਕਰੋ ਚੈੱਕ ਜਿਹੜਾ ਹੋਇਆ ਘੋੜਾ ਆ ਇਹਨੂੰ ਰੰਗ ਜੀਤੂ ਨੇ ਕੀਤਾ ਵਾਲੇ ਘੋੜੇ ਨੂੰ ਜੀਤੂ ਕਿਹੜੀ ਝਾਂਸੀ ਦੀ ਰਾਣੀ ਆ ਜੀਤੂ ਇਹ ਲਓ ਜੀ ਝਾਂਸੀ ਦੀ ਰਾਣੀ ਚੈੱਕ ਕਰੋ ਇਹਨੂੰ ਜੀਤੂ ਨੇ ਰੰਗ ਕੀਤਾ ਆ ਭਰਾਵਾਂ ਨੂੰ ਫਲ ਟੁੱਟ ਗਿਆ ਇੱਕ ਰਾਣੀ ਦਾ ਚੱਲ ਇੱਕ ਨਾ ਉੜੀ ਜਾਂਦੀ ਆ ਜੀਤੂ ਜਾਖੂ ਟੈਂਪਲ ਜਾਣਾ ਉੱਪਰ ਹੋਏ ਹੈਂ ਮੈਂ ਕਹਿੰਦਾ ਚੱਲਦੇ ਹਾਂ ਫਿਰ ਤਾਂ ਕੀ ਹੋਇਆ ਜਾਖੂ ਟੈਂਪਲ ਚੱਲੀਏ ਚਲੋ ਯਾਰ ਜਾ ਉਹਨੇ ਹੁਣ ਤਾਂ ਆਇਓ ਆ ਸੋਨੂੰ ਦੀ ਇੱਧਰ ਬੱਸ ਵਾ ਪਹਿਲਾਂ ਹੀ ਮਨਾ ਕਰ ਗਏ ਲਓ ਜੀ ਮਾਲ ਰੋਡ ਪਹੁੰਚ ਗਏ ਹਾਂ ਅਤੇ ਉੱਪਰ ਚੱਲੇ ਹਾਂ ਬਸ ਚੱਲਦੇ ਹਾਂ ਅਤੇ ਜੀ ਆ ਗਏ ਹਾਂ ਮਾਲ ਰੋਡ ਅਤੇ ਆਹ ਹੈਗਾ ਮੇਨ ਮਾਲ ਰੋਡ ਰੋਡ ਦੀ ਜਗ੍ਹਾ ਜਿਹੜੀ ਚਰਚ ਅਤੇ ਇੱਧਰ ਲੱਗਾ ਆ ਮੇਲਾ ਅਤੇ ਸ਼ਾਮ ਨੂੰ ਆਉਣਾ ਸਤਿੰਦਰ ਸਰਤਾਜ ਨੇ ਜੀ ਤੂੰ ਹੋਰ ਕਿਹਨੇ ਆਉਣਾ ਆ ਸਰਤਾਜ ਲਓ ਜੀ ਸ਼ਾਮ ਨੂੰ ਸਤਿੰਦਰ ਸਰਤਾਜ ਨੇ ਆਉਣਾ ਇੱਥੇ ਫੁੱਲ ਰੌਣਕ ਲੱਗੀ ਹੋਊ ਰੌਣਕ ਮੇਲਾ ਫੁੱਲ ਵਾ ਅਤੇ ਕਰ ਸਕਦੇ ਹਾਂ ਚੈੱਕ ਸ਼ਾਮ ਨੂੰ ਭਰੂ ਉਹਨੂੰ ਕਿੱਦਾਂ ਦੇਖਣਾ ਆ ਸਰਤਾਜ ਕੇ ਜਾਣਾ ਉਹਨੂੰ ਗਾਲੀ ਪੈ ਗਈ ਆ ਹੁਣ ਚੱਲੀਏ ਕਹਿੰਦਾ ਅਤੇ ਇੱਧਰ ਮਸਤ ਬਣਾ ਦੇਣਗੇ ਬੀਬਾ ਲੱਗੇ ਵਾ ਯਾਰ ਕੋਈ ਸਰਤਾਜ ਹੋਰ ਕੌਣ ਕੌਣ ਵਾ ਬਾਕੀ ਉਹ ਪਰੇ ਕੌਣ ਭੂਰ ਝੂਰ ਆ ਬਾਕੀ ਅਜੇ ਭੂਰ ਝੂਰ ਜਿਹਾ ਇੱਧਰ ਸਤਿੰਦਰ ਸਰਤਾਜ ਉਹਨੂੰ ਅਤੇ ਇੱਧਰ ਹੁਣ ਇਹ ਪਤਾ ਨਹੀਂ ਕੌਣ ਲੱਗਾ ਆ ਸਸਤਾ ਨਹੀਂ ਉੱਦਾਂ ਤਾਂ ਵਧੀਆ ਆ ਆਵਾਜ਼ ਮਸਤ ਬਣਾ ਦੇਣਗੇ ਬੀਬਾ ਅਤੇ ਦੇਖ ਸਕਦੇ ਹਾਂ ਮਾਂ ਵਧੀਆ ਸੋਨੂੰ ਕਾਲਾ ਨਾ ਸੋਨੂੰ ਸੀਤੋ ਵਾਲਾ ਆਏ ਆ ਸਾਡੇ ਦਰਮਿਆਨ ਪਹੁੰਚ ਗਿਆ ਆ ਅਤੇ ਰੌਣਕ ਮੇਲਾ ਪੂਰਾ ਆ ਅਤੇ ਨਹੀਂ ਤੂੰ ਵੀ ਤਾਂ ਨਹੀਂ ਸਾਨੂੰ ਸ਼ਿਮਲੇ ਛੱਡ ਗਈ ਆ ਲਓ ਜੀ ਆਹ ਆ ਸ਼ਿਮਲੇ ਦਾ ਲੱਕੜ ਬਾਜ਼ਾਰ ਅਤੇ ਆ ਗਏ ਹਾਂ ਲੱਕੜ ਬਾਜ਼ਾਰ ਘੁੰਮਦੇ ਪਏ ਹਾਂ ਦਿਖਾਉਂਦੇ ਹਾਂ ਤੁਹਾਨੂੰ ਵੀ ਸਾਰੀਆਂ ਆਈਟਮਾਂ ਹੈਗੀਆਂ ਲੱਕੜ ਦੀਆਂ ਹੀ ਆ ਫੁੱਲ ਆਈਟਮ ਲੱਕੜ ਦੀ ਲੱਕੜ ਦੇ ਸਾਲ ਸਾਲ ਲੱਕੜ ਦੇ ਬਦਾਮਾਂ ਹਾਂ ਦੇਖੋ ਉਹ ਵੀ ਆ ਜੀਤੂ ਲੱਕੜ ਦੇ ਬਦਾਮ ਕਹਿੰਦਾ ਤੁਹਾਨੂੰ ਉਹ ਕਹਿੰਦਾ ਦੇਖੋ ਆਈਟਮ ਪੂਰੀ ਲੱਕੜ ਦੀ ਯਾਰ ਇਹਨੂੰ ਤਾਂ ਕਰਕੇ ਲੱਕੜ ਬਾਜ਼ਾਰ ਕਹਿੰਦੇ ਆ ਜੀਤੂ ਚੱਲੀਏ ਜਾਖੂ ਟੈਂਪਲ ਮੈਂ ਕਹਿੰਦਾ ਜਾਇਓ ਨੇ ਆ ਲਓ ਜੀ ਸ਼ਿਮਲੇ ਦਾ ਮੇਲਾ ਲੱਗਾ ਹੋਇਆ ਮੇਲਾ ਦੇਖ ਸਕਦੇ ਹੋ ਤੁਸੀਂ ਫੁੱਲ ਰੌਣਕ ਆ ਅਤੇ ਸੋਨੂੰ ਨੂੰ ਚਾਹੀਦੀ ਕੋਈ ਟੀ ਸ਼ਰਟ ਸੋਨੂੰ ਹੁਣ ਟੀ ਸ਼ਰਟ ਦੇਖਦੇ ਆ ਦੇਖਦੇ ਹਾਂ ਕੀ ਸੋਨੂੰ ਦਾ ਰੇਟ ਨਹੀਂ ਬਣਦਾ ਹਜੇ ਜਦੋਂ ਬਣਦਾ ਦੇਖਦੇ ਹਾਂ ਇਹ ਕੀ ਕਹਿੰਦੇ ਆ ਮਾਰਕੀਟ 'ਚ ਕਰ ਸਕਦੇ ਹਾਂ ਅਤੇ ਸੋਨੂੰ ਹੁਣ ਪੂਰਾ ਰੌਣਕ ਮੇਲਾ ਲਾਇਆ ਇੱਥੇ ਲੱਗੇ ਹੋ ਲੈਣ ਸੋਨੂੰ ਇਹਨਾਂ 'ਚ ਦੇਖ ਲਾ ਸੋਨੂੰ 100-100 ਦੀ ਆ ਲੈ ਲਾ 100-100 ਦੀਆਂ ਆ ਇਹ ਤੂੰ ਅਜਾ ਪੁੱਛ ਲਾ ਬੈਦ ਬੈਠੇ ਆ ਤੇਰੇ ਗੈਸ ਜਿਹੜੀ ਬਣਦੀ ਆ ਜੀ ਤੂੰ ਲੈ ਆ ਇਹਦੇ ਗੈਸ ਬਣਦੀ ਆ ਅਜੇ ਆ ਜਾ ਸੋਨੂੰ ਸੋਨੂੰ ਤੇ ਗੈਸ ਬਣਦੀ ਆ ਕਹਿੰਦਾ ਲੈ ਲਾ
ਲਓ ਜੀ ਚੈੱਕ ਕਰ ਸਕਦੇ ਹਾਂ ਮਾਰ ਰੋਡ ਪੂਰੀਆਂ ਰੌਣਕਾਂ ਲੱਗੀਆਂ ਪਈਆਂ ਅਤੇ ਕਰੋ ਚੈੱਕ ਲਓ ਜੀ ਸੋਨੂੰ ਨੱਚਣ ਲੱਗਾ ਉਹ ਚੱਲ ਦਿਖਾ ਦੇ ਡਮਰੂ ਜਿਹਾ ਲਿਆ ਲੈ ਸੋਨੂੰ ਨੇ ਆਹ ਕੰਮ ਕੀਤਾ ਜੀ ਨੱਚਣ ਲਿਆ ਨੱਚਣ ਲਏ ਜੀਤੂ ਵੀ ਹੁਣ ਇੱਥੇ ਤਾਂ ਵਸਨੀਕ ਹੋ ਕੇ ਆਇਆ ਹੈ ਨਾ ਜੀਤੂ 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 ਨੂੰ ਬੋਲੀ ਇੱਥੇ ਕਿਹੜਾ ਭੈਣ ਦੂਜੀ ਬੋਲਦੇ ਆ ਕੰਨੜ ਬੋਲਦੇ ਆ ਹਿੰਦੀ ਹਿੰਦੀ ਚੱਲਦੀ ਆ ਇਹਨੂੰ ਹਿੰਦੀ ਬੋਲ ਕੇ ਦਿਖਾ ਦੇ ਤੂੰ ਛੱਡ ਲਓ ਜੀ ਤੁਹਾਨੂੰ ਦਿਖਾਉਂਦੇ ਆ ਬੰਦਾ ਪੇਂਟਿੰਗ ਪੁਂਟਿੰਗ ਕਰਦਾ ਆ ਇੱਧਰ ਜੀਤੂ ਬਣਵਾ ਲਾ ਆਪਣੀ ਫੋਟੋ ਲਓ ਜੀ ਕਰੋ ਚੈੱਕ ਤੁਹਾਨੂੰ ਵੀ ਤਾਂ ਮਹਿੰਗੀ ਬਹੁਤ ਬਣਨੀ ਆ ਸੋਨੂੰ ਦੀ ਤਾਂ ਮਹਿੰਗੀ ਬਹੁਤ ਬਣਨੀ ਫੋਟੋ ਲਓ ਜੀ ਇੱਧਰ ਆਰਟ ਚੈੱਕ ਕਰੋ ਇੱਧਰ ਤੁਸੀਂ ਚੈੱਕ ਕਰਦੇ ਆ ਆਰਟ ਬਣਾਉਣ ਲੱਗਾ ਬੰਦਾ ਆਰਟ ਦੇਖੋ ਉਹਦੇ ਸਾਰੇ ਆਪ ਹੈਂਡਮੇਡ ਆਰਟ ਬਣੇ ਹੋ ਅਤੇ ਕਰੋ ਚੈੱਕ ਅਤੇ ਇੱਧਰ ਅਸੀਂ ਦੇਖ ਲਓ ਇੱਧਰ ਲਾ ਕੇ ਘੁੰਮਦੇ ਪਏ ਹਾਂ ਜੈਕਟ ਜੁਕਟ ਪਾਈ ਉਹ ਨਹੀਂ ਇੱਧਰ ਕੰਬਲ ਲਿਆ ਆ ਸੋਨੂੰ ਵਰਗਾ ਕੋਈ ਇਹਨੇ ਕੰਬਲ ਲਿਆ ਆ ਸੋਨੂੰ ਵਰਗੇ ਨੇ ਸੋਨੂੰ ਨੇ ਇੱਧਰ ਦੋ ਦੋ ਜੈਕਟਾਂ ਪਾਈਆਂ ਸਾਰੇ ਲੋਕ ਦੋ ਦੋ ਜੈਕਟਾਂ ਪਾਈਆਂ ਅਤੇ ਇੱਧਰ ਭਾਅ ਜੀ ਹੁਣੀ ਕੰਬਲ ਲੈ ਕੇ ਆਇਓ ਆ ਅਤੇ ਆ ਜਾਓ ਚੱਲਦੇ ਹਾਂ ਦਿਖਾਉਂਦੇ ਹਾਂ ਤੁਹਾਨੂੰ ਕੁਝ ਹੁਣ ਹੁਣ ਆ ਗਿਆ ਅੱਛਾ ਭਾਈ ਆ ਇੰਟਰਵਿਊ ਤਾਂ ਲੈ ਲਓ ਇਹਦੀ ਯਾਰ ਥੋੜ੍ਹੀ ਜੀ ਇੰਨੀ ਦੂਰੋਂ ਆਇਆ ਇਹ ਸੋਨੂੰ ਜਾ ਇੰਟਰਵਿਊ ਲੈ ਲਾ ਓਏ ਤੁਹਾਨੂੰ ਇੰਟਰਵਿਊ ਦੇ ਦਾ ਸੋਨੂੰ ਨੂੰ ਕਹ ਇੰਟਰਵਿਊ ਦੇ ਦੇ ਨਹੀਂ ਇਹ ਕਹਿੰਦਾ ਬਲੌਗ 'ਚ ਹੀ ਆਉਣਾ ਸਾਡੇ ਲਓ ਜੀ ਇੱਧਰ ਵੀ ਪੂਰੀਆਂ ਰੌਣਕਾਂ ਲੱਗੀਆਂ ਆ ਜਨੂਨ ਪੂਰਾ ਆ ਸਾਰੇ ਜਾਣਗੇ ਸਾਰੇ ਏ ਟੂ ਜੈੱਡ ਆ ਰਾਜਸਥਾਨ ਵਾਲਾ ਕਲਚਰ ਰਾਜਸਥਾਨ ਦਾ ਕਲਚਰ ਮਾੜਾ ਸਿਖਾ ਦਿਓ ਇਹਨੂੰ ਚੱਲ ਤੁਹਾਨੂੰ ਸਿੱਖ ਲਾ ਅੱਬੀ ਸਿਖਾ ਦਿਓ ਇਹਨੂੰ ਚੱਲ ਸਿੱਖ ਚੱਲ ਚੱਲ ਆ ਜਾ ਯਾਰ ਜਿਵੇਂ ਅਸੀਂ ਉੱਧਰ ਫੋਟੋਆਂ ਫੋਟੋਆਂ ਖਿੱਚਣ ਗਏ ਅਸੀਂ ਸਾਨੂੰ ਕਹਿੰਦਾ ਜਾਣਾ ਨਹੀਂ ਆਪ ਇੱਥੇ ਆ ਕੇ ਖੜ ਗਿਆ ਸਾਰੇ ਸਾਰਿਆਂ ਦੀਆਂ ਕੋਟੀਆਂ ਫੜ ਕੇ ਆਪ ਖੜਾ ਆ ਉਹਦੇ ਇੱਕ ਦੋ ਤਿੰਨ ਤਾਂ ਥੱਲੇ ਪਾਈਆਂ ਆ ਬਾਕੀ ਇਹਨੇ ਹੱਥ 'ਚ ਫੜੀਆਂ ਆ ਅਜੇ ਹੁਣ ਮੂੰਹ ਨਹੀਂ ਦਿਖਾਉਂਦਾ ਆਪਣਾ ਅਤੇ ਸੱਭਿਆਚਾਰਕ ਮੇਲਾ ਦੇਖਦਾ ਮੁੰਡਾ ਸਾਡੀ ਬਾਨ ਉੱਠੀਆਂ ਨਹੀਂ ਹੁਣੇ ਤਾਂ ਸੋਨੂੰ ਨਹੀਂ ਰੌਣਕ ਮੇਲਾ ਪੂਰਾ ਦੇਖ ਜਾਂਦਾ ਆ ਅਤੇ ਗੱਲਬਾਤ ਐਂਡਾ ਪੂਰੀ ਕਰਾਉਣ ਡੇ ਹੋ ਫਿਰ ਇਹ ਲਾਉਣ ਡੇ ਹੋ ਸੋਨੂੰ ਹੁਣੀ ਪੂਰੀ ਗੱਲਬਾਤ ਆ ਸੋਨੂੰ ਦੀ ਕਮੇਟੀ ਚੱਕੀ ਸੋਨੂੰ ਹੁਣੀ ਘਰਾਂ 'ਚ ਆਏ ਆ ਕਮੇਟੀ ਨਹੀਂ ਗੇੜਾ ਲਾਇਆ ਗੇੜਾ ਲਾਇਆ ਤਾਂ ਆਏ ਆ ਗੇੜਾ ਲਾ ਕੇ ਆਏ ਆ ਸੋਨੂੰ ਹੁਣੀ ਅਤੇ ਸੋਨੂੰ ਤਾਂ ਥੱਕਿਆ ਆਇਆ ਨਾ ਸੋਨੂੰ ਨੇ ਬਦਾਮ ਬਦੂਮ ਲੈ ਲਿਓ ਆਪਣੇ ਖਾਣ ਲਈ ਸਾਰੇ ਬਦਾਮ ਖਾ ਜੂੰਗਾ ਸੋਨੂੰ ਹੁਣੀ ਬਦਾਮ ਲੈ ਲਿਓ ਇਹਨੂੰ ਫੁੱਲ ਤੇਲ ਤੂਲ ਇਹਨੂੰ ਪੂਰਾ ਆ ਇਹਦੇ ਵਿੱਚ ਅਤੇ ਸੋਨੂੰ 100% ਆ ਗੈਸ ਨਾ ਕਹਿੰਦੀ ਹੁਣ ਤੇਲ ਏ ਕਹੀ ਅਤੇ ਇੱਧਰ ਕਰ ਲਓ ਚੈੱਕ ਉਹਨੂੰ ਖਾ ਲਾ ਦੂਜਾ ਆ ਉਹ ਭਿੱਜਾ ਕੁਲਚਾ ਜਾਂ ਬੰਨ ਖਿਲਾਉਂਦੇ ਜੀ ਉਹਨੂੰ ਖਾ ਲਾ ਲੰਗਰ ਲੱਗਾ ਆ ਜੀ ਤੂੰ ਚਲੋ ਲੰਗਰ ਆ ਉਹ ਬੰਨ ਤਾਂ ਲੰਗਰ ਲੱਗਾ ਆ ਤੂੰ ਇਹਨੂੰ ਬੰਨ ਬਣਾ ਲਓ
ਰੌਣਕ ਮੇਲਾ ਦੇਖਿਆ ਹੁੰਦਾ ਆ ਤੇ ਐਨ ਪੂਰੀ ਗੱਲਬਾਤ ਆ ਤੇ ਵਧੀਆ ਮਾਹੌਲ ਚੱਲ ਵਾ ਤੇ ਖਰਾ ਆ ਵਾਸੀ ਤਾਂ ਕੀ ਹੋਇਆ ਕੱਟਣੀ ਨਹੀਂ ਹੈਗੀ ਵੀਡੀਓ ਉਹ ਆ ਜੀ ਉੱਪਰ ਜਾਖੂ ਟੈਂਪਲ ਇਹ ਆ ਦੇਖੋ ਤੁਹਾਨੂੰ ਇੱਥੇ ਜਾਣਾ ਮੈਂ ਕਹਿੰਦਾ ਮੈਂ ਨਹੀਂ ਜਾਂਦਾ ਚਲੋ ਚਲੋ ਤੁਹਾਨੂੰ ਮੰਨਦਾ ਹੀ ਨਹੀਂ ਜਾਣੇ ਨੂੰ ਹੁਣ ਕੀ ਕਰੀਏ ਹਾਂ ਉੱਥੇ ਉੱਪਰ ਜਾਖੂ ਟੈਂਪਲ ਤੁਹਾਨੂੰ ਹੁਣ ਮੰਨਦੇ ਨਹੀਂ ਨਹੀਂ ਤਾਂ ਅਸੀਂ ਜਾਇਆ ਹੋਣਾ ਸੀਗਾ ਨਹੀਂ ਤਾਂ ਹੁਣ ਤੁਹਾਨੂੰ ਜਾਂਦਾ ਨਹੀਂ ਹੈਗਾ ਤੇ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਵਲੌਗ ਐਨ ਲਓ ਜੀ ਸੋਨੂੰ ਕਹਿੰਦਾ ਮੈਂ ਇੱਦਾਂ ਦੇ ਵਾਲ ਕਰਾਉਣੇ ਆ ਕਿੱਥੇ ਗਿਆ ਸੋਨੂੰ ਕਹਿੰਦਾ ਇੱਦਾਂ ਦੇ ਵਾਲ ਕਰਾਉਣੇ ਥੋੜ੍ਹਾ ਟਾਈਮ ਕਹਿੰਦਾ ਥੋੜ੍ਹਾ ਟਾਈਮ ਹੋਰ ਬਰੋ ਮਨੀ ਬਰੋ ਕਾਲੇ ਸੱਦੇ ਹੋ ਆਵੇਂ ਬਰੋ ਬਰੋ ਕਾਲੇ ਸੱਦ ਲਏ ਮਨੀ ਅਸੀਂ ਸੋਨੂੰ ਕਹਿੰਦਾ ਫੋਟੋ ਕਰਾਉਣੀ ਸੋਨੂੰ ਕਹਿੰਦਾ ਫੋਟੋ ਕਰ ਸੋਨੂੰ ਆ ਜਾ ਕਰਾਉਣ ਨਾ ਸੋਨੂੰ ਛੇਤੀ ਆ ਜਾ ਲਓ ਜੀ ਇੱਧਰ ਕੋਈ ਜੀਤੂ ਨੂੰ ਮਾਰਕੀਟ ਲੱਭੀ ਆ ਕੋਈ ਕਹਿੰਦਾ ਮਾਰਕੀਟ ਆ ਤੇ ਦੇਖੋ ਤਾਂ ਆਹ ਮੁੰਡਾ ਇਹਨੂੰ ਪਤਾ ਕਿਹੜੀ ਆ ਉਹ ਦੇਖੋ ਪੈਰ ਘੁੰਮ ਰਹੇ ਨੀਚੇ ਤੇ ਸੋਨੂੰ ਵੀ ਬਸ ਹੋਈ ਹੋ ਆ ਉਦੋਂ ਤੇ ਸੋਨੂੰ ਨੂੰ ਕੱਪੜੇ ਲੈ ਕੇ ਦੇਣੇ ਆ ਹੁਣ ਇੱਥੇ ਤੇ ਬਾਕੀ ਦੇਖਦੇ ਆ ਸੱਚੀ ਲੈ ਕੇ ਦੇਣੇ ਸੱਚੀ ਆਪੇ ਲੈਣੇ ਪਾਰੇ ਨੇ ਉਦਾਂ ਮੈਂ ਤਾਂ ਦੱਸਣਾ ਹੀ ਆ ਕਿਹੜੇ ਲੈਣੇ ਆ ਦੇਖਦੇ ਆ ਸੋਨੂੰ ਨੂੰ ਲੈ ਕੇ ਦਿੰਨੇ ਆ ਤੇ ਸੋਨੂੰ ਨੇ ਉਦਾਂ ਤਾਂ ਆਪੇ ਲੈਣੇ ਆ ਤੁਹਾਨੂੰ ਭਾਜੀ ਦੱਸੋ ਕਹਿੰਦਾ ਕੁਲਤਾ ਜਾਮਾ ਲੈਣਾ ਨਾ ਮੈਂ ਉਦਾਂ ਕਹਿੰਦਾ ਮੈਂ ਤਾਂ ਇਹਨੂੰ ਦਿਖਾਉਣ ਲੱਗਿਆ ਮੈਨੂੰ ਤਾਂ ਮਾਰਕੀਟ ਦਾ ਪਤਾ ਸੀ ਮੈਂ ਉਹ ਦਿਖਾਉਣ ਚੱਲਾਂ ਸੋਨੂੰ ਨੂੰ ਇਹ ਦੇਖ ਲਓ ਨਾ ਦੇਖ ਲਓ ਵੀ ਮੈਨੂੰ ਤਾਂ ਇਦਾਂ ਦਾ ਨਹੀਂ ਹੈਗਾ ਉਹ ਮੈਂ ਇਹਨਾਂ ਨੂੰ ਪੁੱਛ ਲਓ ਇੱਧਰ ਕੱਪੜੇ ਦੀ ਮਾਰਕੀਟ ਹੈਗੀ ਆ ਯਾਰ ਹੈਗੀ ਆ ਉਹਨੂੰ ਪਤਾ ਆ ਹੁਣ ਬਦਾਮ ਮੈਂ ਤਾਂ ਨਹੀਂ ਮੈਂ ਉਦਾਂ ਕਿਹਾ ਮੈਂ ਕਿਹਾ ਚੱਲ ਤੈਨੂੰ ਤਾਂ ਦੱਸ ਦਿੰਦੇ ਆ ਲੈ ਲਈ ਜੋ ਲੈਣਾ ਆ ਇੱਦਾਂ ਦਾ ਥੋੜ੍ਹਾ ਯਾਰ ਕੋਈ ਚੱਕਰ ਵਾ ਲਓ ਜੀ ਮੈਂ ਸੋਨੂੰ ਨੂੰ ਟੋਪੀ ਲੈ ਦਿੱਤੀ ਕਹਿੰਦਾ ਸੀਗਾ ਕੀ ਲੈ ਕੇ ਇਹਨੇ ਤਾਂ ਮੈਂ ਟੋਪੀ ਲੈ ਦਿੱਤੀ ਆ ਤੁਹਾਨੂੰ ਦਿਖਾ ਦੇ ਰੋਣੇ ਲੱਗ ਪਿਆ ਟੋਪੀ ਲੈ ਦਿੱਤੀ ਮੈਂ ਹੁਣ ਉਹ ਚੰਡੋਲ ਚੱਲਦਾ ਥੱਲੇ ਇਹ ਆਹ ਚੱਲਦਾ ਪਿਆ ਆਹ ਚੱਲਦਾ ਪਿਆ ਹੁਣ ਸੋਨੂੰ ਕਹਿੰਦੇ ਇੱਥੇ ਛੁੱਟ ਜਾਣੇ ਭੂਤ ਬੰਗਲਾ ਬੰਗਲਾ ਨਹੀਂ ਦੇਖਣਾ ਇਹਨੇ ਚਲੋ ਬਾਕੀ ਦੇਖਦੇ ਹਾਂ ਕੀ ਬਣਦਾ ਕਹਾਂ ਜਾ ਕੇ ਭੁੱਖ ਮਚਾਤੀ ਆ ਤੁਹਾਨੂੰ ਹੁਣੀ ਮੋਮੋਸ ਦੇ ਲਾਪਾ ਇੱਧਰ ਅਲੱਗ ਅਲੱਗ ਵਰਾਇਟੀਆਂ ਆਹ ਮਿਓਨੇਜ਼ ਹੀ ਨਾ ਪਾਈ ਯਾਰ ਉੱਦਾਂ ਪਾ ਦੇ ਕੌੜੀ ਜਿਹੀ ਚਟਣੀ ਪਾ ਦੇ ਤੇ ਲੱਗੇ ਆ ਮੋਮੋਸ ਖਾਣ ਤੇ ਇੱਧਰ ਮੋਮੋਸ ਦੇ ਸਟਾਲ ਆ ਸਾਰੇ ਦੇਖੋ ਕਰੋ ਜੀ ਮੋਮੋਸ ਦਾ ਰਛ ਪਿਆ ਆ ਸਾਰੇ ਪਾਸੇ ਲਓ ਜੀ ਘੁੰਮ ਫਿਰ ਲਿਆ ਤੇ ਮੋਮੋਸ ਖੜਾਤੇ ਆ ਸੋਨੂੰ ਹੁਣੀ ਹੁਣ ਸੀਸੀ ਕਰਦੇ ਆ ਮੋਮੋਸ ਖਾ ਕੇ ਆਹ ਹੈਗਾ ਜਿਮ ਕੇ ਸ਼ਿਮਲੇ ਦਾ ਬੱਸ ਅੱਡਾ ਦਿਖਾਉਂਦੇ ਹਾਂ ਤੁਹਾਨੂੰ ਅਤੇ ਆਹ ਹੈਗਾ ਪੂਰਾ ਵਿਊ ਹੁਣ ਦੇਖੋ ਹੁਣ ਚੈੱਕ ਕਰੋ ਆਹ ਹੈਗਾ ਸ਼ਿਮਲੇ ਦਾ ਗੁਰਦੁਆਰਾ ਸਾਹਿਬ ਕਰੋ ਚੈੱਕ ਵਿਊ ਪੂਰਾ ਅਤੇ ਅਸੀਂ ਆਏ ਹਾਂ ਉਹ ਉੱਪਰੋਂ ਆਏ ਹਾਂ ਅਤੇ ਕਰ ਲਓ ਚੈੱਕ ਵਿਊ ਰੌਣਕ ਮੇਲਾ ਅਤੇ ਚੱਲੇ ਹਾਂ ਹੁਣ ਜੀ ਤੂੰ ਕਹਿੰਦਾ ਬਰਗਰ ਵਾ ਬਰਗਰ ਖਾਂਦੇ ਮੋਮੋਸ ਖਾ ਲਏ ਆ ਅਤੇ ਬਰਗਰ ਖਾਂਦੇ ਲਓ ਜੀ ਜੀਤੂ ਲਿਆ ਆ ਸਾਨੂੰ ਬਰਗਰ ਖਾਣ ਟਿੱਕੀ ਵਾਲੇ ਬਰਗਰ ਜੀਤੂ ਹੈ ਕੀ ਕਹਿੰਦੇ ਇਹਨੂੰ ਬਰਗਰ ਥੋੜ੍ਹੇ ਆ ਇਹਨੂੰ ਕਹਿੰਦੇ ਕੀ ਆ ਭਾਅ ਜੀ ਹੈ ਕੀ ਚੀਜ਼ ਆ ਇਹ ਹੌਟ ਡੋਗ ਆ ਇਹ ਹਾਲ ਬਰਗਰ ਕਹੀ ਜਾਂਦਾ ਆ ਗਰਮ ਕੁੱਤਾ ਇਹਨੂੰ ਕੀ ਆ ਗਰਮ ਕੁੱਤਾ ਜੀ ਲੱਗੇ ਆ ਤਿਆਰ ਹੁਣ ਖਾਂਦੇ ਹਾਂ ਫਿਰ ਚੱਲਦੇ ਹਾਂ ਜੀਤੂ ਕਹਿੰਦਾ ਮੇਲੇ ਮੂਲੇ ਲੈ ਆਈ ਇੱਥੇ ਆ ਜਾ ਨਹੀਂ ਤਾਂ ਫਿਰ ਭਾਈ ਦੋਏ ਕਰੀ ਨਹੀਂ ਤਾਂ ਦੋਏ ਕਰੀ ਲਓ ਜੀ ਹੈਗਾ ਆ ਸ਼ਿਮਲੇ ਬੱਸ ਅੱਡੇ ਦੇ ਥੱਲੇ ਪੂਰਾ ਨਜ਼ਾਰਾ ਵਧੀਆ ਪਿਆ ਵਧੀਆ ਚੀਜ਼ ਆ ਉੱਦਾਂ ਦਾ ਖਾਣੇ ਨੂੰ ਲਓ ਜੀ ਖਾ ਪੀ ਆਉਂਦਾ ਆ ਹੁਣ ਰੱਜ ਗਏ ਆ ਸੋਨੂੰ ਹੁਣੀ ਇੱਧਰ ਲੱਤਾਂ ਦੁਖਦੀਆਂ ਅਤੇ ਹੁਣ ਚੱਲੇ ਹਾਂ ਘਰ ਨੂੰ ਅਤੇ ਜੀਤੂ ਨੂੰ ਕਹਿਣ ਲੱਗੇ ਹਾਂ ਅਸੀਂ ਅਲਵਦਾ ਅਤੇ ਚੱਲੀਏ ਘਰ ਨੂੰ ਹੁਣ ਚੱਲਦੇ ਹਾਂ ਫਿਰ ਮਿਲਦੇ ਹਾਂ ਤੁਹਾਨੂੰ ਰਾਹ ਵਿੱਚ ਰੁਕਾਂਗੇ